ਉਧਰ ਈਸਟ ਦਿੱਲੀ ਤੋਂ ਵੀ ਕਾਂਗਰਸ ਆਪਣੇ ਉਮੀਦਵਾਰ ਦਾ ਐਲਾਨ ਕਰ ਸਕਦੀ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਪਾਰਟੀ ਈਸਟ ਦਿੱਲੀ ਤੋਂ ਅਰਵਿੰਦ ਸਿੰਘ ਲਵਲੀ ਨੂੰ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ। ਦੱਸ ਦਈਏ ਕਿ ਲਵਲੀ ਦਿੱਲੀ ਸਰਕਾਰ ਦੇ ਵਿੱਚ ਮੰਤਰੀ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ। ਕਾਬਲੇ ਜ਼ਿਕਰ ਹੈ ਕਿ ਪੰਜਾਬ ਤੋਂ ਬਾਹਰ ਹਾਲੇ ਤੱਕ ਇਕੱਲੇ ਸਿੱਖ ਕੈਂਡੀਡੇਟ ਨੂੰ ਕਿਸੇ ਵੀ ਪਾਰਟੀ ਨੇ ਟਿਕਟ ਨਹੀਂ ਦਿੱਤੀ। ਜੇਕਰ ਲਵਲੀ ਦੇ ਨਾਂ ਦਾ ਐਲਾਨ ਹੋ ਜਾਂਦਾ ਹੈ ਤਾਂ ਉਹ ਪੰਜਾਬ ਤੋਂ ਬਾਹਰ ਇਕੱਲੇ ਸਿੱਖ ਕੈਂਡੀਡੇਟ ਹੋਣਗੇ ਜਿਨ੍ਹਾਂ ਨੂੰ ਕਿ ਕਿਸੇ ਪਾਰਟੀ ਨੇ ਟਿਕਟ ਦਿੱਤੀ ਹੋਵੇਗੀ। ਕਾਬਲੇ ਜ਼ਿਕਰ ਹੈ ਕਿ ਲਵਲੀ ਭਾਜਪਾ ਦਾ ਹਿੱਸਾ ਵੀ ਰਹਿ ਚੁੱਕੇ ਨੇ, ਪਰ ਵਾਪਸ ਉਹਨਾਂ ਨੇ ਆਪਣੇ ਘਰ ਵਾਪਸੀ ਕਰ ਲਈ, ਯਾਨੀ ਕਿ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਅਤੇ ਹੁਣ ਉਹਨਾਂ ਨੂੰ ਈਸਟ ਦਿੱਲੀ ਤੋਂ ਟਿਕਟ ਦੇਣ ਦੀ ਖੂਬ ਚਰਚਾ ਸਾਹਮਣੇ ਆ ਰਹੀ ਹੈ।